ਹੋ ਨਾਮ ਕਿਆ ਨਾ ਮੁੱਕਣਾ, ਮੇਲਾ ਦੁਨੀਆਦਾਰੀ ਏ। ਅੱਜ ਤੇਰੀ ਕੱਲ ਮੇਰੀ, ਪਰਸੋਂ ਹੋਰ ਦੀਵਾਰੀ ਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਦੀਪ ਸਿੰਘ ਹੈ ਅਤੇ ਹੁਣ ਮੈਂ ਵੋਇਸ ਆਫ ਐਡਮਿੰਟਨ ਦੇ ਫਾਈਨਲ 'ਚ ਪਹੁੰਚ ਚੁੱਕਾ ਵਾਂ। ਅਤੇ ਵੋਇਸ ਆਫ ਐਡਮਿੰਟਨ ਇੱਕ ਬਹੁਤ ਹੀ ਵਧੀਆ ਸ਼ੋਅ ਆ ਜੋ ਸਾਡੇ ਵਰਗੇ ਸਟ੍ਰਗਲਿੰਗ ਸਿੰਗਰ ਨੂੰ ਪਲੇਟਫਾਰਮ ਦਿੰਦੀ ਹੈ। ਅਤੇ ਮੈਂ ਵੈਸੇ ਇੰਡੀਆ ਤੋਂ ਆਈ ਸੀ ਇਹਨੂੰ ਮਿਲਣ ਲਈ, ਪਰ ਇਹ ਕਹਿੰਦਾ ਮੰਮੀ ਮੇਰਾ ਕੰਪੀਟੀਸ਼ਨ ਆ 27 ਜੁਲਾਈ ਨੂੰ, ਚਲੋ ਮੇਰਾ ਆਸ਼ੀਰਵਾਦ ਦੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਾਹੁਲਪ੍ਰੀਤ ਸਿੰਘ ਅਤੇ ਮੈਂ ਰਾਜਦੀਪ ਦਾ ਦੋਸਤ ਹਾਂ। ਪਹਿਲਾਂ ਆਪਾਂ ਜਿੱਦਾਂ ਇਕੱਠੇ ਪੜ੍ਹਦੇ ਸੀ, ਇਕੱਠੇ ਕੰਮ ਕਰਦੇ ਸੀ, ਹੁਣ ਆਪਾਂ ਇਕੱਠੇ ਰਹਿ ਵੀ ਰਹੇ ਹਾਂ, ਤਾਂ ਇਹਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ 27 ਜੁਲਾਈ ਨੂੰ ਸਾਰੇ ਐਕਾ ਸੈਂਟਰ 12 ਵਜੇ ਪਹੁੰਚੋ, ਤਾਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਸੀਜ਼ਨ 2 ਦਾ ਵਿਨਰ ਬਣ ਸਕੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਾਬਾਸ਼ ਸਿੰਘ ਗਿੱਲ ਹੈ, ਮੈਂ ਰਾਜਦੀਪ ਦਾ ਫਰੈਂਡ ਹਾਂ ਅਤੇ ਅਸੀਂ 1 ਸਾਲ ਤੋਂ ਇਕੱਠੇ ਰਹਿ ਰਹੇ ਹਾਂ। ਮੈਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਦਾ ਸ਼ੌਂਕ ਸੀਗਾ ਕਿਉਂਕਿ ਪਾਪਾ ਦੇ ਲਾਈਨ 'ਚ ਸੀਗੇ ਅਤੇ ਸ਼ੁਰੂ ਤੋਂ ਸ਼ੌਂਕ ਰੱਖਦਾ ਸੀਗਾ, ਅਤੇ ਅਸੀਂ ਵੀ ਇਹਦੇ ਨਾਲ ਪੂਰੀ ਸਪੋਰਟ ਕਰਦੇ ਸੀ, ਕਿਤੇ ਵੀ ਇਹਨੂੰ ਲੋੜ ਪੈਂਦੀ ਕਿੱਦਾਂ ਵੀ ਕਿਸੇ ਵੀ ਤਰੀਕੇ ਦੀ ਮਸ਼ੀਨ ਨਾਲ ਹੁੰਦੇ ਸੀ ਇਹਦੇ, ਅਤੇ ਬਹੁਤ ਵਧੀਆ ਗਾਉਂਦਾ, ਬਹੁਤ ਵਧੀਆ ਲਾਈਨ 'ਚ ਅੱਗੇ ਜਾ ਕੇ ਬਹੁਤ ਅੱਗੇ ਤਰੱਕੀ ਕਰੂਗਾ। ਇਹ ਮਿਊਜ਼ਿਕ ਦੀ ਨੌਲੇਜ ਮੈਂ ਆਪਣੇ ਡੈਡੀ ਸਰਦਾਰ ਤੇਜਿੰਦਰ ਸਿੰਘ ਧਾਰੀਵਾਲ ਜੀ ਤੋਂ ਲਈ, ਅਤੇ ਉਹਨਾਂ ਦਾ ਬੇਸਿਕਲੀ ਟੋਨ ਸੀਗਾ ਕਵੀਸ਼ਰੀ ਦਾ, ਅਤੇ ਪਰ ਮੈਨੂੰ ਉਹ ਚਾਹੁੰਦੇ ਸੀਗੇ ਕਿ ਮੈਂ ਇਸ ਲਾਈਨ ਦੇ ਵਿੱਚ ਕਮਰਸ਼ਲੀ ਆਵਾਂ। ਉਸ ਤੋਂ ਬਾਅਦ ਮੈਂ ਭਾਈ ਜਸਪਾਲ ਸਿੰਘ ਜਵੱਡੀ ਟਕਸਾਲ ਦੇ ਵਿੱਚ ਪ੍ਰੋਫੈਸਰ ਨੇ ਕਲਾਸੀਕਲ ਦੇ, ਅਤੇ 4-5 ਸਾਲ ਉਹਨਾਂ ਤੋਂ ਸਿੱਖਿਆ ਲਈ, ਅਤੇ ਬੇਸਿਕਲੀ ਮੇਰੀ ਸਟਾਰਟਿੰਗ ਜਿਹੜੀ ਆ ਸ਼ਬਦ ਕੀਰਤਨ ਤੋਂ ਹੋਈ ਸੀ। ਆਫਟਰ ਮਤਲਬ ਜਦੋਂ ਮੈਂ ਵੋਇਸ ਆਫ ਪੰਜਾਬ ਵੀ ਗਿਆ ਸੀ ਸੀਜ਼ਨ 6 ਦੇ ਵਿੱਚ, ਕੁਝ ਕਾਰਨਾਂ ਕਰਕੇ ਮੈਂ ਫਰਦਰ ਉਹ 'ਚ ਗਾੜੀ ਨਹੀਂ ਜਾ ਸਕਿਆ। ਉਸ ਤੋਂ ਬਾਅਦ ਫਿਰ ਮੇਰਾ ਰੁਝਾਨ ਜਿਹੜਾ ਸਿੰਗਿੰਗ ਦੇ ਵਿੱਚ ਹੋ ਗਿਆ। ਇਸ ਮੇਲੇ ਚੋਂ ਹੋ ਦੁਨੀਆ ਮੁੜਦੀ ਜਾਂਦੀ ਏ। ਇਸ ਮੇਲੇ ਚੋਂ ਹੋ ਦੁਨੀਆ ਮੁੜਦੀ ਜਾਂਦੀ ਏ।